ਹਾਂਜੀ ਬੇਟਾ, ਤੁਹਾਡਾ ਕੀ ਨਾਮ ਹੈ ਜੀ? ਪ੍ਰਤੀਕ ਇੰਦਰੀ। ਪ੍ਰਤੀਕ, ਪਿਛਲੇ ਜਨਮ 'ਚ ਤੁਹਾਡਾ ਕੀ ਨਾਮ ਸੀ? ਆਤਮਾਈ। ਮੌਤ ਕਿਵੇਂ ਹੋਈ ਤੁਹਾਡੀ? ਐਕਸੀਡੈਂਟ ਨਹੀਂ। ਕਿਵੇਂ, ਕੀ ਗੱਲਬਾਤ ਹੋਈ ਸੀ, ਦੱਸੋਗੇ ਵਿਸਥਾਰ ਨਾਲ? ਮੋਟਰਸਾਈਕਲ ਪਿੱਛੇ ਗੱਡੀ ਵਿੱਚ ਸੀ। ਅੱਛਾ, ਤੁਸੀਂ ਕਿੱਥੇ ਜਾ ਰਹੇ ਸੀ? ਮੈਂ ਸ਼ਾਜਲੇ ਜਾ ਰਹੀ ਸੀ। ਕੀ ਕੋਈ ਜ਼ਰੂਰੀ ਕੰਮ ਜਾ ਰਹੇ ਸੀ? ਹਾਂਜੀ। ਕੀ ਕੰਮ ਕਰ ਰਹੇ ਸੀ? ਸ਼ਾਜਲੇ ਤੋਂ ਸਨਾਮ ਤੋਂ ਆ ਰਹੇ ਸੀ, ਸ਼ਾਜਲੇ ਜਾ ਰਹੇ ਸੀ। ਅੱਛਾ, ਪਿਛਲੇ ਜਨਮ 'ਚ ਤੁਸੀਂ ਕੀ ਕੰਮ ਕਰਦੇ ਸੀ? ਤੂੜੀ ਦਾ। ਠੀਕ ਹੈ। ਜਦੋਂ ਤੁਹਾਡੇ ਫੇਟ ਬੱਜੀ, ਗੱਡੀ ਬੱਜੀ ਤੁਹਾਡੇ 'ਤੇ, ਕਿਸੇ ਨੇ ਤੁਹਾਨੂੰ ਚੱਕਿਆ ਨਹੀਂ, ਮਦਦ? ਹਾਂਜੀ। ਠੀਕ ਹੈ। ਸੋ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਪੁਨਰਜਨਮ ਹੋਇਆ? ਤੁਹਾਨੂੰ ਸੁਰਤ ਕਦੋਂ ਆਈ? ਉਦੋਂ ਮੈਂ ਸੀ 5-6 ਸਾਲ ਦੇ। ਠੀਕ ਹੈ। ਅਸੀਂ ਦੇਖਿਆ ਤੁਸੀਂ ਟਰੈਕਟਰ ਵੀ ਚਲਾ ਲੈਂਦੇ ਹੋ, ਸਾਰਾ ਕੁਝ। ਇਹ ਪਿਛਲੇ ਜਨਮ 'ਚ ਵੀ ਤੁਸੀਂ ਟਰੈਕਟਰ ਚਲਾਉਂਦੇ ਸੀ? ਹਾਂਜੀ। ਤੁਹਾਨੂੰ ਸਾਰਾ ਕੁਝ ਯਾਦ ਹੈ? ਹਾਂਜੀ। ਕਿੰਨੇ ਬੇਟੇ ਨੇ ਤੁਹਾਡੇ ਪਿਛਲੇ ਜਨਮ 'ਚ? 2 ਹੀ। ਗੱਲਬਾਤ ਹੁੰਦੀ ਉਹਨਾਂ ਨਾਲ? ਹਾਂਜੀ। ਠੀਕ ਹੈ। ਉਹ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਨੇ? ਮੈਨੂੰ ਡੈਡੀ। ਠੀਕ ਹੈ। ਸੋ ਜਦੋਂ ਤੁਹਾਡੀ ਮੌਤ ਹੋਈ ਸੀ ਪਿਛਲੇ ਜਨਮ ਦੇ ਵਿੱਚ, ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਸੀ ਤੁਹਾਡਾ ਜਿਹੜਾ ਮ੍ਰਿਤਕ ਸਰੀਰ ਹੈ ਨੀਚੇ ਗਿਰਿਆ ਪਿਆ ਸਾਰਾ? ਹਾਂਜੀ ਹਾਂਜੀ। ਅਹਿਸਾਸ ਹੋ ਰਿਹਾ ਸੀ ਕੁਛ? ਹਾਂਜੀ। ਠੀਕ ਹੈ। ਅਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਕੀ ਡ੍ਰੀਮ ਕੀ ਹੈ ਤੁਹਾਡਾ? ਮੇਰਾ ਹੀ ਬਾਹਰੇ ਆਉਂਦੇ। ਅੱਛਾ, ਬਾਹਰੇ ਜਾਣਾ ਚਾਹੁੰਦੇ? ਪਿਛਲੇ ਜਨਮ 'ਚ ਵੀ ਜਾਣਾ ਚਾਹੁੰਦੇ ਸੀ? ਹਾਂਜੀ। ਇਸ ਜਨਮ 'ਚ ਜਾਣਾ? ਹਾਂਜੀ। ਅੰਗਰੇਜ਼ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਇਹ ਹੋੜ ਦਾ ਜੀ। ਠੀਕ ਹੈ। ਵੀਰ ਜੀ, ਤੁਹਾਡਾ ਜਿਹੜਾ ਬੇਟਾ ਹੈ, 9 ਸਾਲ ਦਾ ਬੇਟਾ, ਦਾਅਵਾ ਕਰ ਰਿਹਾ ਕਿ ਉਸਦਾ ਪੁਨਰਜਨਮ ਹੋਇਆ ਹੈ, ਅਤੇ ਤੁਹਾਨੂੰ ਇਸ 'ਚ ਵਿਸ਼ਵਾਸ ਹੈਗਾ? ਕਦੋਂ ਇਹਨੇ ਦੱਸਿਆ ਜੀ ਤੁਹਾਨੂੰ ਵੀ ਪੁਨਰਜਨਮ ਹੋਇਆ? ਇਹਦਾ ਜੀ ਸਾਨੂੰ ਜਿਵੇਂ ਛੋਟੀ ਹੀਰੋ ਆ ਜੀ ਸਾਡੇ ਲਾਗੇ ਪਿੰਡ, ਉੱਥੋਂ ਦਾ ਜੀ ਬੰਦਾ ਸਾਡੇ ਪਿੰਡ ਸੀਰੀ ਰਲਿਆ ਹੋਇਆ ਸੀਗਾ ਵਿਚਾਰਾ, ਮਾਈ ਬੀਆਂ ਦਾ ਮੁੰਡਾ। ਚਲੋ ਜੀ, ਉਹਨੇ ਇਹਦੇ ਸੁਪਨੇ 'ਚ ਆਪਦੇ ਪਿੰਡ ਵਾਲਿਆਂ ਨੂੰ ਦਿਖਾਈ ਦੇਣ ਲੱਗ ਗਿਆ, ਭੈਣ ਭਾਈਆਂ ਨੂੰ ਲਾ ਲਓ ਜੀ, ਘਰ ਦੇ ਪਰਿਵਾਰ ਨੂੰ ਜੀ। ਉਹਨੇ ਉਹਨੂੰ ਸੁਪਨੇ 'ਚ ਕਹਿੰਦਾ ਵੀ ਮੈਂ ਖੀਵੇ ਮੀਹਾ ਸਿੰਘ ਵਾਲੇ ਜਨਮ ਲਊਂਗਾ, ਵੀ ਤੁਸੀਂ ਰੋਇਆ ਕਰ ਲਾਇਆ ਨਾ ਕਰੋ। ਚਲੋ ਜੀ, ਉਹ ਬੰਦਿਆਂ ਨੇ ਜਦੋਂ ਉਹ ਹੀਰੋ ਵਾਲੇ ਨਾਲ ਕਨੈਕਟ ਕਰਿਆ ਜੀ ਵੀ ਐਂ ਕਰਕੇ ਖੀਵਾ ਮੀਆਂ ਸਿੰਘ ਵਾਲੇ ਜਨਮ ਲਊਗਾ ਆਤਮਾ ਜੀ। ਚਲੋ ਜੀ, ਉਹ ਬੰਦੇ ਨੇ ਗੌ ਰੱਖੀ, ਜਦੋਂ ਗੌ ਰੱਖੀ ਜੀ, ਉਹ ਬੰਦੇ ਇਹਨੇ ਜਨਮ ਲੈ ਕੇ ਸਾਡੇ ਘਰ ਤੀਜੇ ਇੱਕ ਦਿਨ ਆ ਗਿਆ ਉਹ ਬੰਦਾ, ਕਹਿੰਦਾ ਐਂ ਕਰਕੇ ਆਹ ਗੱਲ ਹੈ ਸਾਨੂੰ, ਕਹਿੰਦਾ ਜੀ। ਅਸੀਂ ਆਖਿਆ ਵੀ ਨਾ ਯਾਰ, ਅਸੀਂ ਨਹੀਂ ਇਹ ਗੱਲਾਂ 'ਚ ਆਉਂਦੇ ਹੈਗੇ। ਚਲੋ ਜੀ, ਉਹ ਵਿਚਾਰਾ ਮੁੜ ਗਿਆ, ਉਹ ਥੋੜ੍ਹੇ 20 ਦਿਨਾਂ ਤੋਂ ਫੇਰ ਆ ਗਿਆ ਜੀ, ਕਹਿੰਦਾ ਐਂ ਕਰਕੇ ਵੀ ਉਹਨਾਂ ਨਾਲ ਮੈਨੂੰ ਫੇਰ ਫੋਨ ਆਇਆ ਉਹਨਾਂ ਦਾ ਵੀ ਤੁਸੀਂ ਮਿਲਿਆ ਦਿਓ ਯਾਰ, ਕਿੱਡੀ ਗੱਲ, ਉਹ ਕਿਹੜਾ ਨਾਲ ਜਾਣ ਲੱਗ ਰਹੇ ਨੇ। ਚਲੋ ਜੀ, ਮੇਰੀ ਬੀਬੀ ਕਹਿੰਦੀ ਚਲ ਕੋਈ ਨਾ ਭਾਈ, ਸੱਦ ਲਾ ਮਿਲਿਆ ਦਿਓ। ਚਲੋ ਜੀ, ਮਿਲਾਏ ਹੋਏ ਉਹ ਆ ਗਏ ਜੀ, 4 ਜਣੇ ਮੋਟਰਸਾਈਕਲਾਂ 'ਤੇ ਆ ਗਏ, 2 ਮੋਟਰਸਾਈਕਲਾਂ 'ਤੇ ਜੀ। ਚਲੋ ਜੀ, ਬਰਫੀ ਲਿਆ ਇਹਦੇ ਵਾਸਤੇ ਜੀ, ਇਹਨੂੰ ਪੈਸੇ ਵੀ ਦੇ ਕੇ ਗਏ, 100-100 ਰੁਪਇਆ ਵਿਚਾਰੇ ਸਾਰੇ ਉਹ ਜੀ। ਚਲੋ, ਉਦੋਂ ਨਿਆਣਾ ਸੀ, ਉਹਨਾਂ ਨੇ ਲਾਡ ਬੋਡੀਆਂ ਜਿਹੀਆਂ ਕਰੀਆਂ, ਗੱਲਾਂ ਬਾਤਾਂ ਤਾਂ ਇਹ ਕਰਦਾ ਨਹੀਂ ਸੀ ਜੀ, ਉਹ ਬੋਲਣ ਨਹੀਂ ਜਾਣਦਾ ਸੀ। ਚਲੋ ਜੀ, ਉਦੋਂ ਬਾਅਦ ਜਦੋਂ ਇਹ ਬੋਲਣ ਲੱਗ ਗਿਆ, ਵਿੱਚ ਬੁੜੀਆਂ ਆਉਣ ਲੱਗ ਗਈਆਂ, ਇਹਦੇ ਬੱਚੇ ਆਉਣ ਲੱਗ ਗਏ, ਇਹਦੀ ਬਹੂ ਆਉਣ ਲੱਗ ਗਈ ਘਰ ਵਾਲੀ, ਮੰਨ ਲਓ ਜੀ। ਚਲੋ, ਉਦੋਂ ਬਾਅਦ ਸਾਨੂੰ ਪੂਰਾ ਯਕੀਨ ਹੋ ਗਿਆ ਜੀ ਵੀ ਇਹਦਾ ਜਨਮ ਹੈਗਾ ਸਹੀ, ਬਾਕੀ ਗੱਲ ਸਹੀ। ਪਿਛਲੇ ਜਨਮ 'ਚ ਮੌਤ ਕਿਵੇਂ ਹੋਈ ਸੀ? ਮੌਤ ਜੀ, ਇਹ ਐਕਸੀਡੈਂਟ ਹੋ ਗਿਆ ਸੀ, ਇਹਦੇ ਮੋਟਰਸਾਈਕਲ 'ਚ ਕੋਈ ਗੱਡੀ ਮਾਰ ਗਿਆ ਜੀ। ਹਾਂਜੀ, ਗੱਡੀ ਮੌਕੇ 'ਤੇ ਕਿਸੇ ਨੇ ਇਸਦੀ ਹੈਲਪ ਮਦਦ ਨਹੀਂ ਕੀਤੀ ਸੀ? ਨਾ ਜੀ, ਉਦੋਂ ਕੌਣ ਲਵੇ ਲੱਗਦਾ ਜੀ, ਹੁਣ ਤੁਹਾਨੂੰ ਪਤਾ ਹੈਗਾ, ਅਗਲਾ ਕਹਿੰਦਾ ਆਪਣੇ ਗਲ ਨਾ ਪਏ ਜੀ, ਆਪਣਾ ਉਹ ਨਾ ਹੋਜੇ, ਬਹੁ ਨਾ ਹੋਜੇ, ਕਿਸੇ ਨੇ ਨਹੀਂ ਚੱਕਿਆ। ਅਤੇ ਇਹਦੇ ਘਰਦਿਆਂ ਨੂੰ ਪਤਾ ਲੱਗਿਆ ਜੀ, ਉਹ ਚੱਕ ਕੇ ਚੰਡੀਗੜ੍ਹ ਲੈ ਗਏ ਜੀ, ਬਸ ਇਹ ਰਸਤੇ 'ਚ ਖਤਮ ਹੋ ਗਏ। ਕਿਸ ਤਰ੍ਹਾਂ ਦੇਖਦੇ ਹੋ ਪੁਨਰਜਨਮ ਵਾਕਈ ਹੁੰਦਾ ਤੁਹਾਡੇ ਨਾਲ? ਸਾਨੂੰ ਤਾਂ ਜੀ ਯਕੀਨ ਹੈ ਜੀ, ਸਾਨੂੰ ਯਕੀਨ ਹੈ। ਲੋਕ ਹੁਣ ਕਮੈਂਟ ਕਰਦੇ ਨੇ, ਚਲੋ ਕੋਈ ਗੱਲ ਨਹੀਂ, ਕਮੈਂਟ ਕਰੀਏ, ਸਾਨੂੰ ਕੋਈ ਗਿੱਲਾ ਸਿੱਖਵਾ ਕੋਈ ਹੈ ਨਹੀਂ ਗਾ ਜੀ, ਕਰੀ ਜਾਣ ਦੇ, ਕੋਈ ਸਿੱਧਾ ਕਰਦਾ ਤਾਂ ਵੀ ਚੰਗਾ, ਮਾੜਾ ਕਰਦਾ ਤਾਂ ਵੀ ਚੰਗਾ, ਸਾਨੂੰ ਕੋਈ ਗਿੱਲਾ ਸਿੱਖਵਾ। ਹਾਲਾਤ ਕੀ ਨੇ ਤੁਸੀਂ ਕਮਾਉਣ? ਬਾਈ ਜੀ, ਮੈਂ ਇਕੱਲਾ ਜਾਣਾ ਜੀ, ਮੈਂ ਵੀ ਅਨਪੜ੍ਹ ਹੈਗਾ, 2 ਮੈਸਾਂ ਰੱਖਦੇ ਹਾਂ ਬਸ, ਦੁੱਧ ਦੱਧ 'ਤੇ ਟਾਈਮ ਪਾਸ ਹੁੰਦਾ ਜੀ। ਹੁਣ ਇਹਦੀ ਸੋਚ ਬਾਹਲੀ ਉੱਚੀ ਹੈ ਜੀ,
ਇਹ ਇਹ ਕਹਿੰਦਾ ਜੀ ਟਰੈਕਟਰ ਲਿਆਉਣਾ ਗਾ, ਵੱਡਾ ਟਰੈਕਟਰ ਲਿਆਉਣਾ ਗਾ, ਜੇ ਕੋਈ ਹੋਰ ਲਿਆਊਗਾ ਜੀ। ਡੈਡੀ ਓਏ ਫਲਾਣੇ ਨੇ ਆਹ ਟਰੈਕਟਰ ਲਿਆਂਦਾ, ਆਪਾਂ ਲਈਏ? ਕਹਿੰਦੇ ਨਾ ਕੋਈ ਨਾ ਲਿਆਵਾਂਗੇ ਬਈ, ਹੌਲੀ ਹੌਲੀ ਲਿਆਵਾਂਗੇ, ਆਪਣੇ ਕੋਲ ਹੈਗਾ ਹਜੇ, ਕੋਈ ਗੱਲ ਨਹੀਂ ਲਿਆਵਾਂਗੇ, ਬਸ ਐਂ ਕਹਿ ਕੇ ਸਾਰ ਦਿੰਦੇ ਹਾਂ ਜੀ, ਬਸ ਆਹ ਜੀ ਗੱਲਾਂ ਨੇ ਜੀ। ਹੁਣ ਕਿੱਥੋਂ ਲਈਏ ਜੀ ਟਰੈਕਟਰ? ਠੇਕੇ 'ਤੇ ਵਾਹਣ ਲੈ ਕੇ ਕਰਦੇ ਹਾਂ ਜੀ, ਕੋਈ ਮਾਰ ਪਏਗੀ, ਠਮਾਰ ਪਏਗੀ। ਹੁਣ ਤੁਹਾਨੂੰ 80-80 ਰੇਟ ਦੇ ਵਾਹਣ ਹੋ ਰਹੇ ਨੇ ਜੀ, ਕੀ ਬਚਦਾ ਗਾ ਉਹਦੇ ਵਿੱਚੋਂ? ਕਹਿੰਦਾ ਭਾਵ ਹੈ ਸੁਪਨੇ ਬੱਚੇ ਦੇ ਵੱਡੇ ਨੇ, ਪਰ ਤੁਸੀਂ ਸਮਰਥ ਨਹੀਂ ਹੈਗੇ। ਨਾ ਜੀ, ਨਾ ਨਾ ਨਾ, ਸਮਰਥ ਕਿੱਥੇ ਹੈ? ਕੀ ਅਪੀਲ ਕਰਨਾ ਚਾਹੁੰਦੇ? ਅਪੀਲ ਤਾਂ ਜੀ, ਜੇ ਕੋਈ ਇਹਦੀ ਹੈਲਪ ਕਰਦੇ ਜੀ, ਚਲੋ ਇਹਦੇ ਸੁਪਨੇ ਵੀ ਵੱਡੇ ਹੋ ਜਾਣ ਜੀ, ਸਾਨੂੰ ਵੀ ਕੋਈ ਹੋ ਜਾਵੇ ਮਾੜਾ ਮੋਟਾ, ਅਸੀਂ ਆਪਦਾ ਠੇਕੇ ਸਿੱਧੇ ਵਾਹਣ ਦਾ ਖਹਿੜਾ ਛੱਡ ਦਈਏ ਜੀ, ਨਾਲੇ ਇਹਦੀ ਹੋ ਜਾਵੇ ਮਾੜੀ ਮੋਟੀ ਕੋਈ ਹੈਲਪ, ਜਿਵੇਂ ਕਹਿੰਦਾ ਕੋਈ ਵੱਡਾ ਟਰੈਕਟਰ ਲਈਏ ਜੀ, ਇਹਦੇ ਸੁਪਨੇ ਪੂਰੇ ਹੋ ਜਾਣ ਜੀ। ਪਿਛਲੇ ਜਨਮ ਵਾਲੀ ਫੈਮਿਲੀ ਹੈ, ਉਹਦੇ ਵੱਲੋਂ ਕੋਈ ਸਪੋਰਟ ਮਿਲ ਰਿਹਾ? ਨਾ ਜੀ, ਉਹ ਆਪ ਵਿਚਾਰੇ ਗਰੀਬ ਨੇ ਜੀ, ਉਹਨਾਂ ਨੇ ਹਾਂਜੀ ਉਹ ਵੀ ਗਰੀਬ ਨੇ ਜੀ, ਉਹਦਾ ਟਾਈਮ ਪਾਸ ਹੁਣ ਅੱਜ ਕੱਲ੍ਹ ਘਰਾਂ ਦੇ ਮਸਾਂ ਹੁੰਦੇ ਨੇ ਜੀ। ਪਰ ਮੈਂ ਤਾਂ ਕਰ ਠੀਕ ਹੈ, ਪ੍ਰਤੀਕ ਤੇ ਤੁਸੀਂ ਕੀ ਲੱਗਦੇ ਜੀ? ਮਾਤਾ ਜੀ। ਠੀਕ ਹੈ, ਕਿਸ ਤਰ੍ਹਾਂ ਲੱਗਦੇ ਹੋ? ਬੱਚਾ ਦਾਵਾ ਕਰ ਰਿਹਾ ਕਿ ਪੁਨਰ ਜਨਮ ਹੋਇਆ, ਵਾਕਈ ਤੁਹਾਨੂੰ ਲੱਗਦਾ ਹੈ? ਸੱਚਾਈ ਲੱਗਦੀ ਹੈ? ਹਾਂ ਵੀਰ ਜੀ, 100% ਸੱਚਾਈ ਹੈ ਜੀ, ਲੱਗਦਾ ਹੈ ਸਾਨੂੰ ਹੈਗੀ ਸੱਚਾਈ, ਇਸ ਗੱਲ 'ਚ ਕੋਈ ਝੂਠ ਨਹੀਂ ਹੈਗਾ ਜੀ। ਠੀਕ ਹੈ, ਕਿੰਨੀ ਉਮਰ 'ਚ ਇਸਨੂੰ ਸੁਰਤ ਆ ਗਈ ਸੀ, ਗੱਲਾਂ ਕਰਨ ਲੱਗ ਗਏ ਸੀ ਪਿਛਲੇ ਜਨਮ ਦੀਆਂ? ਇਹ 4-5 ਸਾਲ ਦੀ ਸੀ ਵੀਰੇ ਜਦੋਂ ਸਾਨੂੰ, ਵੈਸੇ ਤਾਂ ਸਾਨੂੰ ਛੋਟੇ ਹੁੰਦੇ ਤੇ ਇਹਦੀਆਂ ਹਰਕਤਾਂ ਦੀ ਪਤਾ ਲੱਗਣ ਲੱਗ ਗਿਆ ਸੀਗਾ, ਵੀ ਜਦੋਂ ਇਹਦੀ ਹਰਕਤ ਇਹਦੀ ਛੋਟੇ ਹੁੰਦੇ ਤੇ ਸਿਆਣੇ ਬੰਦੇ ਲਈ ਸੀ। ਅੱਛਾ ਜੀ, ਹਾਂਜੀ, ਕਿੱਦਾਂ ਇੱਕ ਉਦਾਹਰਨ ਦਓਗੇ? ਉਦਾਹਰਨ ਵੀਰੇ, ਜਿਵੇਂ ਅਸੀਂ ਛੋਟੇ ਜਿਹੇ ਹੁੰਦੇ ਨੇ ਉਹਨੂੰ ਸਾਈਕਲ ਹੀ ਲਿਆ ਕੇ ਦਿੱਤੀ, ਇਹੋ ਜਿਹੇ ਹੈਗਾ ਸੀ ਇਹ 3 ਕੁ ਸਾਲ ਦਾ, ਉਹ ਜਿਹੜੀ 3 ਟਾਇਰਾਂ ਦੇ ਬੱਚੇ ਜਾਂ ਉਹਨੂੰ ਕਹਿਣਾ ਵੀ ਇਹਨੂੰ ਡਰਾਈਵਰੀ ਸ਼ੁਰੂ ਤੀ ਅਤੇ 2-3 ਸਾਲ ਦੇ 3 ਤੇ ਪਤਾ ਲੱਗਣ ਲੱਗ ਗਿਆ ਸੀ ਵੀ ਇਹ ਵੀ ਹੈਗੀ ਹੈ ਵੀ ਬਾਕੀ ਇਹ 'ਚ ਕੋਈ ਗੱਲ, ਵੀ ਉਹਨੂੰ ਕਹਿਣਾ ਐਵੇਂ ਚਲਾਉਂਦਾ ਜਿਵੇਂ ਆਪਾਂ ਵੀ ਬੱਚਾ ਨਹੀਂ ਚਲਾਉਂਦਾ, ਕਦੇ ਨਹੀਂ ਕਿਸੇ 'ਚ ਮਾਰੀ ਨਹੀਂ, ਕਦੇ ਡਿੱਗੀ ਨਹੀਂ, ਵੀ ਮਾੜੇ ਜਿਹੇ ਥਾਂ 'ਚ ਮੋੜ ਲੈਂਦਾ, ਅਸੀਂ ਕਹਿ ਦਿੰਦੇ ਵੀ ਇਹ ਡਿੱਗੂਗਾ, ਇਹ 1 ਲੱਖਤ ਬ੍ਰੇਕ ਮਾਰ ਕੇ ਮੋੜਦਾ ਸੀ, ਕਹਿੰਦੇ ਬੜਾ ਪੱਕਾ ਡਰਾਈਵਰ ਹੈਗਾ ਇਹ। ਹਾਂ, ਪਿਛਲੇ ਜਨਮ 'ਚ ਵੀ ਇਹ ਟਰੈਕਟਰ ਜਾਂ ਹਾਂ ਡਰਾਈਵਰੀ ਬਹੁਤ ਕਰੀ ਹੈ ਜੀ ਇਹਨੇ, ਇਹਨੂੰ ਹੁਣ ਵੀ ਡਰਾਈਵਰੀ ਦੀ ਸ਼ੌਂਕ ਹੈ, ਇਹਦੇ ਡਰੀਮ ਬਹੁਤ ਵੱਡੇ ਵੱਡੇ ਨੇ ਜੀ, ਸੁਪਨੇ। ਅੱਛਾ ਜੀ, ਹਾਂਜੀ, ਕੀ ਡਰੀਮ ਹੈ ਜੀ ਇਹਨਾਂ ਦਾ? ਇਹਨਾਂ ਦਾ ਸੁਪਨਾ ਵੀਰ ਜੀ ਵੱਡੇ ਵੱਡੇ ਟਰੈਕਟਰ ਲੈਣੇ, ਮੰਮੀ ਮੈਂ ਫਾਰਮ ਕਰਨਾ, ਮੰਮੀ ਮੈਂ 2-3 ਟਰੈਕਟਰ ਲਿਆਊਂਗਾ, ਮੰਮੀ ਮੈਂ ਬਾਹਰੇ ਜਾਣਾ ਗਾ, ਮੈਂ ਵੱਡੇ ਟਰਾਲੇ ਚਲਾਇਆ ਕਰੂੰਗਾ, ਬਾਕੀ ਸਿਰੇ ਸੰਦਾਂ ਦਾ ਜੀ, ਜਿਵੇਂ ਵੱਡੀਆਂ ਮਸ਼ੀਨਾਂ ਨੇ ਗੀਆਂ, ਸਾਰਾ ਦਿਨ ਗੇਮ ਖੇਡੂ ਤਾਂ ਵੀ ਮਸ਼ੀਨਾਂ ਦੀ, ਟਰੈਕਟਰ ਮੋਬਾਈਲ 'ਤੇ ਗੇਮ ਊਂ ਦੇਖੂਗਾ, ਵੀਡੀਓ ਦੇਖੂਗਾ, ਉਹ ਵੀ ਟਰੈਕਟਰਾਂ ਦੀਆਂ ਟੋਚਨ ਪਾਉਣ ਦਾ ਜੀ। ਬਸ ਸੋਚਿਆ ਵੀ ਇਹਦੇ ਸੁਪਨੇ ਬੱਚੇ ਦੇ ਪੂਰੇ ਕਰਨੇ ਤੁਸੀਂ? ਨਾ ਵੀਰ ਜੀ, ਅਸੀਂ ਸਾਥੋਂ ਨਹੀਂ ਹੁੰਦੇ ਜੀ ਇੰਨੇ ਸੁਪਨੇ ਪੂਰੇ, ਸਾਡਾ ਤਾਂ ਘਰ ਦਾ ਗੁਜ਼ਾਰੀ ਮਸਾਂ ਚੱਲਦਾ ਵੀਰ ਜੀ। ਅੱਛਾ ਜੀ, ਹਾਂਜੀ, 1 ਕਿੱਲਾ ਜ਼ਮੀਨ ਦਾ ਜੀ ਬਸ, ਇਹਦੇ ਡੈਡੀ ਅਨਪੜ੍ਹ ਨੇ, ਖੇਤੀ ਦੇ ਬਿਨਾਂ ਹੋਰ ਕੁਛ ਕਰ ਨਹੀਂ ਸਕਦੇ, ਠੇਕੇ ਹੀ ਸੈਂਸ, ਉਹਨੂੰ ਪਤਾ ਜੀ ਕੀ ਬਚਦਾ ਅੱਜ ਕੱਲ੍ਹ ਲੈ ਕੇ। ਹਾਂਜੀ, ਹਾਂ ਬਸ ਇੱਕ, ਬਾਕੀ ਹੋਰ ਸੰਦ ਤਾਂ ਹੈ ਨਹੀਂ, ਕੋਈ ਇੱਕ ਟਰੈਕਟਰ ਆ ਬਸ, ਉਹਦੇ ਸਿਰ 'ਤੇ ਬਸ ਇੱਕ ਠੇਕੇ ਹਿੱਸੇ ਵਾਲਾ ਕੰਮ ਕਰੀ ਜਾਂਦੇ ਨੇ ਜੀ। ਹਾਂਜੀ, ਕੀ ਅਪੀਲ ਕਰਨਾ ਚਾਹੁੰਦੇ? ਅਪੀਲ ਤਾਂ ਮੈਂ ਇਹੀ ਕਰਨਾ ਚਾਹੁੰਦੀ ਵੀਰ ਜੀ, ਜੇ ਕੋਈ ਬੱਚੇ ਨੂੰ ਸਪੋਰਟ ਕਰਨਾ ਚਾਹੁੰਦਾ, ਬੱਚੇ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ, ਵੀ ਸਾਡੇ ਨਾਲ ਸੰਪਰਕ ਕਰ ਸਕਦਾ, 95 ਮੇਰਾ ਸਾਡਾ ਨੰਬਰ ਹੈ ਜੀ, 95013-83-332। ਵੀ ਜੇ ਕੋਈ ਬੱਚੇ ਨੂੰ ਹੈਲਪ ਕਰਨਾ ਚਾਹੁੰਦਾ ਵੀ ਇਹਦੀ ਮਦਦ, ਵੀ ਬੱਚੇ ਦੇ ਸੁਪਨੇ ਪੂਰੇ ਹੋਣ, ਵੀਰੇ ਉਹਨਾਂ ਦਾ ਵੀ ਧੰਨਵਾਦ ਆ ਜੇ ਕੋਈ ਕਰਦਾ ਹੈਲਪ। ਨਹੀਂ, ਪਿਛਲੇ ਜਨਮ 'ਚ ਜਿਹੜੀ ਇਹਨਾਂ ਦੀ ਫੈਮਿਲੀ ਸੀ, ਉਹਨਾਂ ਵੱਲੋਂ ਨਹੀਂ ਕੋਈ ਸਪੋਰਟ ਮਿਲ ਰਿਹਾ? ਨਹੀਂ ਵੀਰ ਜੀ, ਉਹ ਤਾਂ ਫਿਰ ਆਪ ਹੀ ਹੁਣ ਵਿਚਾਰੇ ਆਪਣਾ ਟਾਈਮ ਪਾਸ ਹੀ, ਅੱਜ ਕੱਲ੍ਹ ਜਿਵੇਂ ਕਹਿੰਦੇ ਮਹਿੰਗਾਈ ਜ਼ਿਆਦਾ, ਆਪਦਾ ਟਾਈਮ ਪਾਸ ਹਾਲੇ ਦਾ ਮਸਾਂ ਹੁੰਦਾ ਵੀ। ਠੀਕ ਹੈ, ਉਹਨਾਂ ਦੀ ਤਾਂ ਕੋਈ ਹੈਲਪ ਨਹੀਂ। ਸੋ ਤੁਹਾਨੂੰ ਯਕੀਨ ਹੈ ਵਾਕਈ ਪੁਨਰ ਜਨਮ ਹੁੰਦਾ? ਹਾਂ ਵੀਰ ਜੀ, ਸਾਨੂੰ ਤਾਂ ਯਕੀਨ ਹੈ ਜੀ, ਸਾਡੇ ਤਾਂ ਜਦੋਂ ਮੂਹਰੇ ਹੈਗੀ ਗੱਲ।